नमस्कार, आप देख रहे हैं ऑल राइट। सरकारी कर्मचारियों की यूनियन के प्रतिनिधियों से पंजाब के सीएम ने की मुलाकात। ये समय तो ट्रेंडिंग सी और चलो महाराणी जी के सहयोग से तुम जो अपनी साइन मैं सुखजीत सिंह, सूबा प्रधान CPF कर्मचारी यूनियन पंजाब। 24 अगस्त नूं पटियाले विखे असी एक रैली कीती सी अपनी जथेबंदी दे नाल नाल जिहड़ियां पंजाब दीआं सारीआं भरातरी जथेबंदीआं उहनां दे सहयोग दे नाल साडा इको एक मुद्दा है पुरानी पेंशन स्कीम नूं बहाल करवाउणा। ਤੇ ਉਹਦੇ ਵਿੱਚ ਇੱਕ ਕੇਂਦਰ ਸਰਕਾਰ ਨੇ ਅਮੈਂਡਮੈਂਟ ਕੀਤੀ ਹੋਈ ਸੀ ਫੈਮਿਲੀ ਪੈਨਸ਼ਨ ਦੀ, ਜੋ ਕਿ ਬਹੁਤ ਲੰਬੇ ਸਮੇਂ ਤੋਂ ਲੜਕ ਰਹੀ ਸੀ। ਔਰ ਮਹਾਰਾਣੀ ਜੀ ਦੇ ਨਾਲ ਉਸ ਦਿਨ ਸਾਡੀ ਪਟਿਆਲਾ ਦੇ ਵਿੱਚ ਹੀ ਰੈਲੀ ਦੇ ਦਰਮਿਆਨ ਮੀਟਿੰਗ ਹੋਈ ਔਰ ਮਹਾਰਾਣੀ ਜੀ ਨੇ ਸਾਨੂੰ ਭਰੋਸਾ ਦਿੱਤਾ ਕਿ ਕੈਬਨਿਟ ਮੀਟਿੰਗ ਦੇ ਵਿੱਚ ਅਸੀਂ ਇਸ ਮੰਗ ਨੂੰ ਜਲਦ ਤੋਂ ਜਲਦ ਪੂਰਾ ਕਰਾਂਗੇ। ਔਰ ਕੱਲ੍ਹ ਜਿਹੜੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਫੈਮਿਲੀ ਪੈਨਸ਼ਨ ਦੀ ਜਿਹੜੀ ਸਾਡੀ ਮੰਗ ਮੰਨੀ ਗਈ ਹੈ ਉਹਦੇ ਲਈ ਅਸੀਂ ਸੂਬਾ ਸਰਕਾਰ ਦਾ ਧੰਨਵਾਦ ਕਰਦੇ ਹਾਂ। ਤੇ ਅੱਜ CM ਹਾਊਸ ਚੰਡੀਗੜ੍ਹ ਦੇ ਵਿਖੇ ਮਹਾਰਾਜਾ ਸਾਹਿਬ ਦਾ ਵੀ ਧੰਨਵਾਦ ਕਰਨ ਆਏ ਕਿ ਜਿਹੜੀ ਸਾਡੀ ਮੰਗ ਪਿੱਛੇ ਲੰਬੇ ਸਮੇਂ ਤੋਂ ਲਟਕ ਰਹੀ ਸੀ ਉਹ ਉਹਨਾਂ ਨੇ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਾਈ।